jumping many, many lifted down. Jumping many, many lifted down. Thank you.
Thank you.
जब लग सिंह रहे बनमा
ਮਨ ਫੂਲੇ ਹੀ ਨਾ ਐਸਾ ਧਿਆਨ ਵਿਚਾਰ ਜਬ ਹੀ ਸਿਆਰ ਸਿੰਘ ਕੋ ਖਾਏ ਜਬ ਹੀ ਸਿਆਰ ਸਿੰਘ ਕੋ ਖਾਏ ਫੂਲ ਨਹੀਂ ਸਗਲੀ ਬਨਰਾ ਐਸਾ ਗਿਆਨ ਵਿਚਾਰ ਮਨਾ ਵਿਚਾਰਨ ਦੀ ਕੀ ਲੋੜ ਹੈ, ਵਿਚਾਰ ਵਿੱਚੋਂ ਤਾਂ ਗਿਆਨ ਜਨਮ ਲੈਂਦਾ ਹੈ। ਜਿੱਥੇ ਵਿਚਾਰ ਨਹੀਂ ਉੱਥੇ ਗਿਆਨ ਨਹੀਂ ਆ ਸਕਦਾ। ਵਿਚਾਰ ਦਾ ਮਕਸਦ ਹੀ ਗਿਆਨ ਦੀ ਪ੍ਰਾਪਤੀ ਹੈ। ਗਿਆਨ ਜਿਹੜਾ ਹੈ ਉਹਨੂੰ ਵਿਚਾਰਨ ਦੀ ਕੀ ਲੋੜ ਹੈ। ਬੜੀ ਦੇਖੋ ਅੱਜ ਬਾਬਾ ਕਬੀਰ ਜੀ ਦਾ ਸ਼ਬਦ, ਜਦੋਂ ਮੈਂ ਦੇਖ ਰਿਹਾ ਆਏ ਦਿਨ ਕੋਈ ਨਾ ਕੋਈ ਨਵੀਂ ਚੀਜ਼ ਸਾਹਮਣੇ ਆਉਂਦੀ ਹੈ। ਇਸ ਸ਼ਬਦ ਵਿੱਚ ਵਿਚਾਰਨ ਦਾ ਮਕਸਦ ਕੀ ਹੈ? ਵਿਚਾਰਨ ਦਾ ਮਕਸਦ ਹੈ, ਇਸ ਸ਼ਬਦ ਵਿੱਚ ਸੰਕੇਤਕ ਫਿਕਰੇ ਨੇ। ਸੰਕੇਤ ਦਾ ਅਰਥ ਹੁੰਦਾ ਬੁਝਾਰਤ, ਜਿਸ ਸੰਕੇਤ ਦੇ ਓਹਲੇ ਕੋਈ ਖਿਆਲ ਛੁਪਿਆ ਹੋਵੇ। ਅਸੀਂ ਜ਼ਿੰਦਗੀ ਵਿੱਚ, ਜੀਵਨ ਵਿੱਚ ਬਹੁਤ ਸਾਰੇ ਸੰਕੇਤ ਵਰਤਨੇ ਆ ਬੋਲੀ ਵਿੱਚ, ਇਹ ਨਹੀਂ ਕਿ ਸਾਨੂੰ ਸੰਕੇਤ ਦਾ ਪਤਾ ਹੀ ਨਹੀਂ। ਬਹੁਤ ਸਾਰੇ ਸੰਕੇਤ ਵਰਤਨੇ ਆ, ਪਰ ਅਸੀਂ ਅਭੋਲ ਵਰਤ ਜਾਂਦੇ ਹਾਂ, ਉਹਦੇ ਵਿੱਚੋਂ ਗਿਆਨ ਨਹੀਂ ਮਿਲਦਾ, ਗਿਆਨ ਕਰਕੇ ਨਹੀਂ ਵਰਤਦੇ। ਅਭੋਲ ਕਿਸੇ ਭਾਵਨਾ ਅਧੀਨ ਵਰਤ ਜਾਂਦੇ ਹਾਂ, ਤੇ ਬਾਬਾ ਕਬੀਰ ਚਾਹੁੰਦੇ ਨੇ ਨਹੀਂ, ਉਹਨਾਂ ਸੰਕੇਤਾਂ ਨੂੰ ਵਿਚਾਰ, ਤਾਂ ਕਿ ਤੈਨੂੰ ਉਹਨਾਂ ਸੰਕੇਤਾਂ ਦੇ ਓਹਲੇ ਛੁਪੀ ਹੋਈ ਭਾਵਨਾ ਸਾਹਮਣੇ ਆ ਜਾਏ। ਇਸ ਸ਼ਬਦ ਵਿੱਚ ਤਿੰਨ ਕਹਾਣੀਆਂ ਨੇ, ਤਿੰਨ ਸੰਕੇਤ ਨੇ ਮੁੱਢਲੇ ਰੂਪ ਵਿੱਚ। ਤਿੰਨ ਪੈਰਿਆਂ ਵਿੱਚ ਤਿੰਨ ਸੰਕੇਤਾਂ ਦੀਆਂ ਭਾਵਨਾਵਾਂ ਨੇ। ਹੁਣ ਜੇ ਅਸੀਂ ਕੇਵਲ ਉਹਨਾਂ ਸੰਕੇਤਾਂ ਨੂੰ ਪੜ੍ਹ ਕੇ ਅੱਗੇ ਲੰਘ ਜਾਵਾਂਗੇ, ਵਿੱਚੋਂ ਕੁਝ ਨਹੀਂ ਹੁੰਦਾ, ਬਲਕਿ ਸਮਝਾਂਗੇ ਅਜੀਬ ਦੀ ਗੱਲ ਕਰ ਦਿੱਤੀ ਨੇ, ਜਿਹੜੀ ਜੁੜਦੀ ਨਹੀਂ ਬਣਦੀ ਨਹੀਂ। ਪਹਿਲਾ ਸੰਕੇਤ ਹੈ
ਮੇਰੀ ਮੇਲ। ਹੁਣ ਜ਼ਿੰਦਗੀ ਵਿੱਚੋਂ ਅਸੀਂ ਮੇਰੀ ਮੇਰੀ ਛੱਡ ਸਕਦੇ ਜੇ ਮੇਰੀ ਮੇਰੀ ਤਾਂ ਲਫ਼ਜ਼ ਹੀ ਭੁੱਲ ਜਾਏ, ਬਲਕਿ ਉਲਟ ਵੀ ਤਾਂ ਹੋ ਸਕਦਾ ਜਦੋਂ ਸਾਨੂੰ ਪਤਾ ਹੀ ਨਾ ਹੋਵੇ ਇਹ ਮੇਰੀ ਚੀਜ਼ ਹੈ ਅਤੇ ਮੈਂ ਦੂਜੇ ਦੀ ਚੀਜ਼ ਨੂੰ ਹੱਥ ਪਾਵਾਂਗਾ। ਕਲੀਅਰਸ ਕੀਤੀ ਸੀ ਤੁਸੀਂ ਬਾਹਰ ਨਿਕਲਣਾ ਅਤੇ ਜੇ 10-20-50 ਜੋੜੇ ਪਏ ਨੇ ਉਹਨਾਂ ਵਿੱਚੋਂ ਦੇਖਣਾ ਮੇਰਾ ਜੋੜਾ ਕਿਹੜਾ। ਜੇ ਮੇਰ ਨਾ ਰਹੇ ਉਸ ਜੋੜੇ 'ਤੇ ਅਵੱਗਿਆ ਹੋ ਜਾਏ, ਕਿਸੇ ਹੋਰ ਦਾ ਜੋੜਾ ਪਾ ਲਓ ਅਤੇ ਗਲਸ ਕੀਤੀ ਸੀ ਉਸ ਤੋਂ ਬਾਅਦ ਬਾਹਰ ਨਿਕਲੋਗੇ ਤੁਸੀਂ 20-50 ਖੜੀਆਂ ਗੱਡੀਆਂ ਵਿੱਚੋਂ ਵੇਖੋਗੇ ਮੇਰੀ ਕਾਰ ਕਿਹੜੀ। ਜੇ ਉੱਥੇ ਮੇਰ ਖਤਮ ਹੋ ਜਾਏ ਮੇਰੀ ਭੁੱਲ ਜਾਏ ਫਿਰ ਮੁਸ਼ਕਿਲ ਬਣਾ ਪਏਗੀ। ਕਿਸੇ ਹੋਰ ਦੀ ਗੱਡੀ ਨੂੰ ਚਾਬੀ ਲਾ ਲਓ, ਉਹ ਆ ਜਾਏ, ਉਹ ਤੁਹਾਡੇ ਨਾਲ ਝਗੜਾ ਕਰੇ, ਤੁਸੀਂ ਉੱਥੇ ਆਖੋਗੇ ਨਾ ਇਹ ਮੇਰੀ ਹੈ, ਮੇਰੀ ਤੋਂ ਨਹੀਂ ਬਚ ਸਕਦਾ। ਤਾਂ ਫਿਰ ਮੇਰੀ ਜਿਹਦੇ ਕੋਲ ਆ ਜਾਏ ਉਹਦੇ ਨਾਲ ਰੱਬ ਦਾ ਸੰਬੰਧ ਟੁੱਟ ਜਾਂਦਾ। ਇਸੇ ਦਾ ਮਤਲਬ ਹੈ ਸੰਕੇਤ ਨੂੰ ਸਮਝਣਾ, ਇਸ ਲਫ਼ਜ਼ ਦੇ ਮੁਤਾਬਕ ਕੀ ਆਪਾਂ ਖਲੋ ਜਾਵਾਂਗੇ ਫਿਰ ਤਾਂ ਇਹ ਹੋ ਜਾਏਗਾ ਕਿ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਮਯਾਬ ਨਹੀਂ ਸਕੇ ਅਸੀਂ ਕਿ ਅਸਫਲ ਹੀ ਅਸਫਲ ਸਫਲ ਹੋ ਹੀ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਮੇਰੀ ਆ ਗਈ ਮੇਰ ਆ ਗਈ। ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਰਜ ਸਵਾਲੇ, ਜਦੋਂ ਮੇਰ ਖਤਮ ਹੋਵੇਗੀ ਪ੍ਰਭੂ ਮੇਰਾ ਰਿਸ਼ਤਾ ਹੋਵੇਗਾ, ਉਹ ਤੁਹਾਡੀ ਜੀਵਨ ਦੀਆਂ ਲੋੜਾਂ ਦਾ ਜ਼ਿੰਦਗੀ ਦਾ ਫਿਕਰਮੰਦ ਜ਼ਿੰਮੇਵਾਰ ਹੋਵੇਗਾ। ਹੁਣ ਸੰਕੇਤ ਦੇ ਮੁਤਾਬਕ ਲਫ਼ਜ਼ ਇੰਨੇ ਹੀ ਹੈ, ਜਬ ਲਗ ਮੇਰੀ ਮੇਰੀ ਕਰੇ ਜਬ ਲਗ ਮੇਰੀ ਮੇਰੀ ਕਰੇ ਤਬ ਲਗ ਕਾਜ ਇੱਕ ਨਹੀਂ ਸਰੇ ਜਬ ਮੇਰੀ ਮੇਰੀ ਮਿਟ ਜਾਏ। ਅਖੀਰ ਬੜੇ ਸੌਖੇ ਬਿਲਕੁਲ ਜਲਦੀ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਇਹਦਾ ਮਤਲਬ ਮੇਰੀ ਛੱਡ ਦੇ, ਕੋਈ ਚੀਜ਼ ਨੂੰ ਮੇਰੀ ਨਾ ਆਖ, ਮੇਰੀ ਬਿਨਾਂ ਮਨੁੱਖ ਦੀ ਜ਼ਿੰਦਗੀ ਦਾ ਗੁਜ਼ਾਰਾ ਨਹੀਂ। ਸਿਰਫ ਫਰਕ ਕੀ ਜਿਹੜੀ ਗੱਲ ਇੱਥੋਂ ਗਿਆਨ ਲਈ ਸਮਝਣ ਲਈ ਜ਼ਰੂਰੀ ਸਮਝੀ ਜਾਂਦੀ ਹੈ। ਗੁਰੂ ਕਹਿੰਦੇ ਤੂੰ ਮੇਰੀ ਮੇਰੀ ਆਖ ਕੇ ਚੌਗਿਰਦਾ ਭਰ ਲਿਆ,
ਮੇਰਾ ਬਣਾ ਲਿਆ, ਇਹ ਸੰਤਾਨ ਮੇਰੀ, ਭੈਣਾਂ ਭਰਾ ਮੇਰੇ ਨੇ, ਇਹ ਮਕਾਨ ਮੇਰਾ, ਇਹ ਜਾਇਦਾਦ ਮੇਰੀ, ਇਹ ਸੰਪਦਾ ਮੇਰੀ, ਇਹ ਬੈਂਕ ਬੈਲੈਂਸ ਮੇਰਾ, ਬਹੁਤ ਕੁਝ ਆਪਣਾ ਬਣਾ ਲਿਆ। ਪਰ ਕਦੀ ਕੋਈ ਵੀ ਸੋਚੇ ਜਿਹੜੀ ਚੀਜ਼ ਤੇਰੀ ਅੱਜ ਹੈ ਕੱਲ ਨਹੀਂ, ਉਹਨੂੰ ਤਾਂ ਤੂੰ ਮੇਰੀ ਮੇਰੀ ਕਰੀ ਜਾਂਦਾ। ਤੇ ਜਿਹੜਾ ਇੱਥੇ ਉੱਥੇ ਰਖਵਾਲਾ ਤੂੰ ਸਭਨੀ ਥਾਈ ਜਿੱਥੇ ਹੋ ਜਾਏ, ਇੱਥੇ ਵੀ ਮੇਰਾ ਹੈ। ਹਜ਼ਾਰ, ਪੰਜ ਸੌ, ਦੋ ਹਜ਼ਾਰ, ਦਸ, ਵੀਹ, ਦਸ ਹਜ਼ਾਰ ਮੀਲ ਤੇ ਚਲਾ ਜਾਵਾਂ, ਉੱਥੇ ਵੀ ਮੇਰਾ। ਗੁਰੂ ਕਹਿੰਦੇ ਨੇ ਹੋਇਆ ਕੀ ਹੈ, ਉਹਨੂੰ ਤੂੰ ਮੇਰਾ ਨਹੀਂ ਆਖਿਆ। ਸਭ ਕੁਛ ਆਪਣਾ, ਸਭ ਕੁਛ ਮੇਰਾ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ, ਉਹ ਮੇਰਾ ਨਹੀਂ। ਮੇਰੀ ਛੱਡਣੀ ਨਹੀਂ, ਮੇਰੀ ਬਦਲਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੇਰੀ ਨੇ, ਤੂੰ ਮੇਰੋ ਮੇਰ ਪਰਬਤ ਸਵਾਮੀ, ਤੂੰ ਮੇਰੋ ਮੇਰ ਪਰਬਤ ਸਵਾਮੀ, ਉੱਠ ਗਈ ਮੈਂ ਤੇਰੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਂ, ਮੇਰਾ ਤਾਂ ਨਾਲ ਨਾਲ ਚੱਲ ਰਿਹਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਕ, ਤੂੰ ਮੇਰਾ ਭਰਾਤਾ। ਹੁਣ ਇੱਥੇ ਕੀ ਆਖੋਗੇ, ਜਦ ਤੱਕ ਮੇਰੀ ਮੇਰੀ ਕਰ, ਤੂੰ ਮੇਰਾ ਰਾਖਾ ਸਭਨੇ ਥਾਈ, ਮੇਰਾ ਰਾਖਾ ਸਭਨੇ ਥਾਈ, ਵੱਡਾ ਮੇਰਾ ਗੋਬਿੰਦ। ਦੇਖੋ ਅਗਲੇ ਪਾਸੇ ਲਫ਼ਜ਼ ਤੇ ਇਹ ਦੋ ਸੰਕੇਤ ਕੈਸੇ ਨੇ। ਅਸੀਂ ਆਮ ਕਰਕੇ ਇਕੱਠੇ ਲਫ਼ਜ਼ ਵਰਤਦੇ ਹਾਂ, ਮੈਂ ਤੇ ਮੇਰੀ, ਫਲਾਣੇ ਅੰਦਰ ਵੀ ਬੜੀ ਮੈਂ ਮੇਰੀ ਹੈ। ਹੁਣ ਮੇਰੀ ਹੈ ਪਕੜ ਤੇ ਮੈਂ ਹੈ ਹਉਮੈ ਅਹੰਕਾਰ, ਮੈਂ ਦਾ ਅਰਥ ਹੈ ਅਹੰਕਾਰ ਤੇ ਮੇਰੀ ਦਾ ਅਰਥ ਹੈ ਪਕੜ। ਇੱਥੇ ਇਹਨਾਂ ਦੋਹਾਂ ਲਫ਼ਜ਼ਾਂ ਨੂੰ ਵਰਤ ਦਿੱਤਾ ਨੇ ਦੋ ਸੰਕੇਤਾਂ ਵਿੱਚ। ਪਹਿਲੇ ਪਦ ਵਿੱਚ ਮੇਰੀ ਦਾ ਸੰਕੇਤ ਹੈ, ਪਰ ਕਹਿੰਦੇ ਨੇ ਗੱਲ ਸਮਝ ਲੈ, ਮੇਰੀ ਤਿਆਗਣੀ ਨਹੀਂ, ਵੱਡਾ ਮੇਰਾ ਗੋਬਿੰਦ। ਇਹਨਾਂ ਅੱਖੀ ਮੇਰੀ ਕੋਠੀ ਵੱਡੀ ਹੈ, ਮੇਰੀ ਕਾਰ ਵੱਡੀ ਹੈ, ਬਲਕਿ ਇਹ ਆਖੀ ਵੱਡਾ ਮੇਰਾ ਗੋਬਿੰਦ, ਅਗੋ ਅਗੋਚਰ। ਇੱਕ ਪਾਸੇ ਮਨ ਨੂੰ ਮੁਖਾਤਮ ਕਰ ਦਿੱਤਾ,
ਤੇ ਕਹਿ ਦਿੱਤਾ ਮਨ ਤੂੰ ਮਤ ਮਾਨ ਕਰ ਮਨ ਤੂੰ ਮਤ ਮਾਨ ਕਰ ਜੇ ਹੋ ਪਿੱਛ ਜਾਣ ਦਾ ਗੁਰਮੁਖ ਨਿਭਾਣਾ ਹੋ ਗੁਰਮੁਖ ਨਿਭਾਣਾ ਹੋ ਸਤਿਗੁਰ ਅੱਗੇ ਮਤ ਕਿਛ ਆਪ ਲਖਾਵੇ ਮਨ ਛੱਡ ਲਈ ਬਲਕਿ ਇੱਥੋਂ ਤੱਕ ਕਹਿ ਦਿੱਤਾ ਮਨ ਇੱਕ ਖਿਆਲ ਕਰਨੀ ਮਾਇਆ ਤਰੀ ਤੋਂ ਕਿਆ ਹੋਇਆ ਘਰ ਬਾਹਰ ਛੱਡ ਦੇ ਦੌਲਤ ਤਿਆਗ ਦੇ ਕਾਰੋਬਾਰ ਤਿਆਗ ਦੇ ਪਰਿਵਾਰ ਤਿਆਗ ਦੇ ਪਰ ਅੰਦਰੋਂ ਮਾਣ ਨਾ ਤਿਆਗ ਸਕੇ ਉਹਨੂੰ ਮੰਜ਼ਲ ਨਹੀਂ ਮਿਲੀ ਪਿਛਲੇ ਦਿਨ ਬਾਬਾ ਕਬੀਰ ਜੀ ਦਾ ਇੱਕ ਰਾਜਾ ਲਫ਼ਜ਼ ਨੇ ਮੈਂ ਬਹੁਤ ਸਾਰੇ ਮਿੱਤਰ ਬਣਾਏ ਸਿੱਖ ਸਾਖਾ ਬਹੁਤੇ ਕੀਏ ਤੇ ਸੋ ਕੀ ਉਹਨਾਂ ਮੀਤ ਚਾਲੇ ਥੇ ਹਾਰ ਮਿਲਣ ਕੋ ਨੀਚੇ ਉਚਿਤ ਕਾਰੋਬਾਰ ਛੱਡਿਆ ਸੀ ਕਾਰੋਬਾਰ ਤਿਆਗਿਆ ਸੀ ਤੇ ਇਹ ਸੋਚ ਕੇ ਤਿਆਗਿਆ ਸੀ ਇਹਨਾਂ ਚੀਜ਼ਾਂ 'ਚ ਕੀ ਪਿਆ ਚਲੋ ਰੱਬ ਨੂੰ ਮਿਲਦੇ ਪਰ ਜਦੋਂ ਰੱਬ ਦੇ ਰਾਹ ਤੇ ਦੋ ਕਦਮ ਹੀ ਚੱਲਿਆ ਮਾਣ ਰਸਤੇ ਵਿੱਚ ਆਖੋ ਤਾਂ ਲੋਕਾਂ ਨੇ ਮੱਥੇ ਟੇਕਣੇ ਸ਼ੁਰੂ ਕਰ ਦਿੱਤੇ ਨੇ ਤਾਂ ਕਰਨਾ ਇਹ ਜੀ ਬੜਾ ਤਿਆਗੀ ਪੁਰਸ਼ ਹੈ ਇਹ ਮਹਾਂਪੁਰਸ਼ ਬੜਾ ਤਿਆਗੀ ਨੇ ਘਰ ਛੱਡਿਆ ਸੀ ਰੱਬ ਨੂੰ ਮਿਲਣ ਜਾਣ ਵਾਸਤੇ ਮਾਇਆ ਤਾਂ ਜੀ ਕਹਿਣ ਲੱਗੇ ਕੀ ਹੋਇਆ ਚਾਰ ਕਦਮ ਚੱਲਿਆ ਤੇ ਮਾਣ ਨੇ ਘੇਰ ਲਿਆ ਸਤਿਕਾਰ ਮਾਣ ਕਰਨ ਵਾਲੇ ਲੋਕ ਇਕੱਠੇ ਹੋ ਗਏ ਮਹਾਂਪੁਰਸ਼ ਖੜੇ ਤਿਆਗ ਉਹ ਚੇਲੇ ਬਣ ਗਏ ਰੋਜ਼ ਮੱਥੇ ਟੇਕਣ ਲੱਗ ਪਏ ਹੁਣ ਸਵੇਰੇ ਉੱਠ ਕੇ ਮੈਨੂੰ ਅੱਗੇ ਤੇ ਗਾਹਕ ਦੀ ਉਡੀਕ ਹੁੰਦੀ ਸੀ ਨਾ ਦੁਕਾਨ ਤੇ ਕੋਈ ਗਾਹਕ ਆਵੇ ਹੁਣ ਚੇਲੇ ਦੀ ਉਡੀਕ ਹੈ ਕੋਈ ਮੱਥਾ ਟੇਕਣ ਵਾਲਾ ਆਵੇ ਚੱਲਿਆ ਸਾਂ ਮਿਲਣ ਵਾਸਤੇ ਰਾਹ ਵਿੱਚ ਹੀ ਰੁਕ ਗਿਆ ਚਾਲੇ ਤੇ ਹਰ ਮਿਲਣ ਕੋ ਵਿਚੇ ਅਟਕੇ ਉਹ ਚੀਜ਼ ਇਸੇ ਲਈ ਕਹਿਣ ਲੱਗੇ ਇੱਕ ਖਿਆਲ ਕਰੀ ਸੰਕੇਤ
दो संकेत अब सामने खुलते हैं। पहला है जब लगबेरी में लिखा है, दूजा है जब लग सिंह रहे बनमान। लफज जब लग ही है, जदों तक, जब लग दर्थ है जदों तक, जदों तक मेरी मेरी करेगा उदों तक रब नाल रिश्ता नहीं कायम होएगा। उत्थे समझा दिता कि मेरी मेरी कर पर बदल दे, ए ना आख संपदा मेरी है, ए आख ए गुरु मेरा है, गुरु मेरा है, ए रब मेरा है। जिन्हों हुण तक तू पराया समझ लिया है, सब कुछ अपना एक राम पराया, मेरा मेरा कोई हर्ज नहीं। कह लगे इसे तरह अगली गल भी समझ लै, मैं अहंकार मान दी। मैं हैरान होया, एक पासे आख रहे ने मन तू मत मान कर, मन कह लगे मन छड़ दे, सोची पै जा तू आप एक गल आख रहे हैं। तुझ ऊपर मेरा है मान, मान करो तुझ ऊपर लगा। मैं अपनी संपदा से मान नहीं करता, मैं अपने बाजू बल से मान नहीं करना, मैं अपने राज भाग से मान नहीं करना, मैं अपनी फौजा की शक्ति से मान नहीं करना, बल्कि मैनू मान तेरे ते। इत्थे मान ते खत्म नहीं होया, मान ते खत्म नहीं होया, लेकिन कि ये हुण वो मान मेरा नहीं, मान तेरा है। आपां एक लफ्ज अक्सर पढ़ने हैं, शरीर भी तेरा हो गया, हुण जिहड़ा मैनू मान मिलता है वो मान मेरा थोड़ा रह गया, वो भी बेइज्जती होगी। कहो नानक सब तेरी वडियाई, कोई नौ न जाने मेरा, तुझ ऊपर मेरा है मान, मान करो तुझ परे मेरे प्रीतम प्यारे, हो मान तान करो तेरा, तू मेरा बहुमान करते। मान छड़िया ने विचार नु मालिक जेड़ा ऐसा ज्ञान विचार बनाता संकेत चुल्ल बनाए, तो ये है
ਕਿ ਸੰਕੇਤ ਤੁਹਾਨੂੰ ਸਿਰਫ ਇੰਨਾ ਕਹਿ ਰਿਹਾ, ਜਬ ਲਗ ਮੇਰੀ ਮੇਰੀ ਕਰੇ ਤਬ ਪ੍ਰਭ ਕਾਜ ਤਬ ਕਾਜ ਏਕ ਨਿਸਾ ਹੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾ ਗਿਆ ਹੈ। ਲੇਕਿਨ ਗਿਆਨ ਕਹਿੰਦਾ ਮੇਰੀ ਨੂੰ ਬਦਲ ਕੇ ਉਹ ਮਿਟ ਜਾਏ। ਅੱਜ ਮੈਂ ਪਿਛਲੇ ਦਿਨ ਬਾਬਾ ਕਬੀਰ ਜੀ ਦਾ ਸ਼ਬਦ ਆਇਆ ਸੀ ਨਾ, ਪਹਿਲੀ ਕਰੂਪ ਕੁਜਾਤ ਕੋ ਰੱਖਣੀ ਤੇ ਅੱਗੇ ਲਫ਼ਜ਼ ਆਇਆ ਸਰ ਭਲੀ ਸਰੀ ਮੂਈ ਮੇਰੀ ਪਹਿਲੀ ਬਣੀ। ਜੀਵਨ ਦਾ ਤੱਕ ਬਦਲਣਾ, ਵਿਚਾਰਧਾਰਾ ਬਦਲਣੀ। ਇੱਥੇ ਹੁਣ ਸੰਕੇਤ ਤਾਂ ਕੇਵਲ ਇੱਕ ਸਮਝ ਆ ਪੈਂਦਾ, ਅਗਲੇ ਪਾਸੇ ਲਫ਼ਜ਼ ਸਿੰਘ ਵਰਤਿਆ। ਸਾਡੀ ਨਿਗਾਹ ਵਿੱਚ ਸਿਰਫ ਇੱਕੋ ਸਿੰਘ ਲਫ਼ਜ਼ ਦਾ ਤਾਤਪਰਜ ਹੈ ਕਿ ਉਹ ਮਹਾਨ ਹੈ। ਸਿੰਘ ਲਫ਼ਜ਼ ਸਾਡੇ ਨਾਲ ਜੁੜ ਗਿਆ। ਅਸੀਂ ਇਤਿਹਾਸ ਵਿੱਚ ਪੜ੍ਹ ਲਏ, ਅਸੀਂ ਸਾਖੀਆਂ ਵਿੱਚ ਸੁਣ ਲਏ, ਉਹ ਸਿੰਘ ਲਫ਼ਜ਼ ਦੀ ਇੰਨੀ ਮਹੱਤਤਾ ਇੰਨੀ ਵੈਲਿਊ ਸਾਡੇ ਹਿਰਦੇ ਵਿੱਚ ਬਣ ਗਈ ਕਿ ਅਸੀਂ ਸਿੰਘ ਲਫ਼ਜ਼ ਦੇ ਸੰਕੇਤ ਨੂੰ ਨਹੀਂ ਪਛਾਣਿਆ, ਇੱਕ ਲਫ਼ਜ਼ ਨਾਲ ਜੁੜ ਗਏ। ਸਾਡੀ ਨਿਗਾਹ ਵਿੱਚ ਸਿੰਘ ਦਾ ਇੱਕ ਪਹਿਲੂ ਹੈ, ਉਹ ਇਹ ਕਿ ਉਹ ਬੜਾ ਸ਼ਕਤੀਸ਼ਾਲੀ ਹੋ ਗਿਆ, ਬੜਾ ਬਲਵਾਨ ਹੈ। ਅਸੀਂ ਬਸ ਇੱਥੇ ਦਾ ਰੱਖ ਲਓ, ਇੱਥੇ ਸੰਕੇਤ ਜਿਹੜਾ ਉਹ ਸਿੰਘ ਦਾ ਸਿਰਫ ਬਲਵੰਤਾ ਨਹੀਂ, ਬਲਵੰਤਾ ਦੇ ਪਿੱਛੇ ਖਲੋਤਾ ਹੋਇਆ ਇੱਕ ਅਹੰਕਾਰ ਹੈ। ਜਿਹਦੇ ਕੋਲ ਬਲ ਹੈ ਉਸੇ ਨੇ ਹੰਕਾਰ ਕਰਨਾ, ਕਿਸੇ ਗਰੀਬ ਨੇ ਕੀ ਹੰਕਾਰ ਕਰਨਾ, ਕਿਸੇ ਨਿਰਬਲ ਤੇ ਕਮਜ਼ੋਰ ਨੇ ਕੀ ਹੰਕਾਰ ਕਰਨਾ। ਹੰਕਾਰ ਜਦੋਂ ਵੀ ਹੋਏਗਾ ਕਿਸੇ ਬਲਵੰਤ ਦੇ ਕੋਲ ਹੋਏਗਾ। ਹੁਣ ਇੱਥੇ ਸੰਕੇਤ ਲਫ਼ਜ਼ ਸਿੰਘ ਦਾ ਜਿਹਦਾ ਅਸੀਂ ਇੱਕ ਪਹਿਲੂ ਪਛਾਣੇ, ਅਗਲਾ ਪਹਿਲੂ ਨਹੀਂ ਪਛਾਣਿਆ। ਪਰ ਇੱਥੇ ਬਾਬਾ ਕਬੀਰ ਜੀ ਨੇ ਬੜੇ ਖੂਬਸੂਰਤ ਢੰਗ ਨਾਲ ਸਾਨੂੰ ਇਸ ਸੰਕੇਤ ਵਿੱਚੋਂ ਇੱਕ ਨਵਾਂ ਗਿਆਨ ਦਿੱਤਾ। ਕਹਿੰਦੇ ਜਬ ਲੱਗ ਸਿੰਘ ਰਹੇ ਬਨ ਮਾਹੇ, ਹੈਂ ਤੂੰ ਨੂੰ ਮਹਾਨ ਮਾਨ ਕਹੀ ਜਾਣਾ, ਤੈਨੂੰ ਪਤਾ ਜਿਸ ਬਣ ਵਿੱਚ ਜੰਗਲ ਵਿੱਚ ਸ਼ੇਰ ਰਹਿੰਦਾ ਹੋਵੇ ਉਹ ਕਿਸੇ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰਦਾ, ਹੋਰ ਜਾਨਵਰ ਕਿਉਂ ਰਹਿਣ, ਮਾਰ ਮਾਰ ਕੇ ਖਾਣਾ ਸ਼ੁਰੂ ਕਰ ਦਿੰਦਾ। ਅਖੀਰ ਨੂੰ ਜਾਨਵਰ ਜਿੰਨੇ ਉਸ ਜੰਗਲ ਵਿੱਚ ਰਹਿਣ ਵਾਲੇ ਨੇ ਆਪਣੀ ਜਾਨ ਬਚਾਉਂਦੇ ਉਸਦੇ ਕੋਲ ਬਚਣ ਲਈ, ਆਪਣੇ ਆਪ ਨੂੰ ਸੁਰੱਖਿਅਤ ਕਰਨ ਲਈ ਜੰਗਲ ਹੀ ਛੱਡ ਜਾਂਦੇ ਨੇ, ਉਹ ਜੰਗਲ ਮਨ ਨੂੰ ਉਜਾੜ ਬਣ ਜਾਂਦਾ ਹੈ ਕਿਉਂਕਿ ਉੱਥੋਂ ਦੀ ਚਹਿਲ ਪਹਿਲ ਜਿੰਨੇ ਪੰਛੀ ਜਿੰਨੇ ਜਾਨਵਰ ਤਰ੍ਹਾਂ ਤਰ੍ਹਾਂ ਦੇ ਕਿਸੇ ਜੰਗਲ ਵਿੱਚ ਰਹਿੰਦੇ ਹੋਣ ਉਨੀ ਚਹਿਲ ਪਹਿਲ ਹੈ ਜੰਗਲ ਦੀ ਖੂਬਸੂਰਤੀ। ਤੇ ਜਿਸ ਜੰਗਲ ਵਿੱਚ ਕਿਸੇ ਨਾ ਕਿਸੇ ਝਾੜੀ ਵਿੱਚ ਬੈਠਾ ਸਿਰਫ ਸ਼ੇਰ ਹੀ ਹੋਵੇ, ਹੋਰ ਕੋਈ ਜਾਨਵਰ ਉੱਥੇ ਨਾ ਰਹੇ, ਉੱਥੋਂ ਦੀ ਖੂਬਸੂਰਤੀ ਤੇ ਚਹਿਲ ਪਹਿਲ ਕੀ ਰਹਿ ਜਾਏ, ਤੇ ਫਿਰ ਦੋਸ਼ ਕਿੰਦਾ ਹੋਵੇ ਸਿੰਘ ਦਾ, ਤੇ ਫਿਰ ਸਿੰਘ ਦੀ ਵੈਲਿਊ ਕੀ ਰਹੀ। ਹੁਣ ਦੂਜਾ ਪੱਤ ਵੇਖੋ, ਕਹਿੰਦੇ ਜੀ ਜਬ ਲੱਗ ਸਿੰਘ ਰਹੇ ਬਨ ਮਾਹੇ, ਤਬ ਲੱਗ ਬਨ
ਫਲ ਨਹੀਂ। ਉਸ ਜੰਗਲ ਵਿੱਚ ਕੋਈ ਖੇੜਾ ਨਹੀਂ ਹੁੰਦਾ, ਉੱਥੇ ਕੋਈ ਹਰਨ ਚੁੰਮੀਆਂ ਨਹੀਂ ਕਰਦੇ, ਉੱਥੇ ਕੋਈ ਹੋਰ ਆਵਾਜ਼ ਉਸ ਜੰਗਲ ਵਿੱਚ ਕਿਸੇ ਜਾਨਵਰ ਦੀ ਨਹੀਂ ਰਹਿੰਦੀ। ਕੇਵਲ ਇੱਕ ਭਵਕ ਉਸ ਸ਼ੇਰ ਦੀ, ਉਸ ਸਿੰਘ ਦੀ ਡਰਾਉਣੀ ਭਵਕ ਹੀ ਰਹਿ ਜਾਂਦੀ। ਦੇਖੋ, ਜੇ ਗਿਆਨ ਲੈਣਾ ਤਾਂ ਫਿਰ ਸਾਨੂੰ ਦੂਜਾ ਪੱਕ ਲੈਣਾ ਪਏਗਾ ਨਾ। ਗੱਲ ਚੱਲ ਪਈ ਬੱਚਿਆਂ ਬੱਕਿਆਂ ਸਵੇਰ ਤੋਂ ਸ਼ੁਰੂ ਹੋ। ਐਲਕੀ ਇਹਨਾਂ ਨੇ ਬੜਾ ਸੋਹਣਾ ਸਬਜੈਕਟ ਰੱਖਿਆ, ਸਬਜੈਕਟ ਬੜਾ ਸੋਹਣਾ ਸ਼ਬਦ ਰੱਖਿਆ ਨੇ, ਤੂੰ ਸ਼ਬਦ ਸੁਣ ਮੁੰਦੇ ਹਰਣਾ ਖੀਏ ਗੂੜਾ ਬੈਣ ਅਪਾਰ, ਪਹਿਲਾਂ ਵਸਤ ਸਿਆਣ ਕੇ ਤਾਂ ਕੀ ਚੈ ਵਪਾਰ। ਸੁਚੇਤ ਆਤਮਾ ਮੇਰੀ ਇੱਕ ਗੂੜ ਗੱਲ, ਛੁਪੀ ਹੋਈ ਗੱਲ, ਖਾਸ ਗੱਲ ਜਿਹੜੀ ਮੈਂ ਤੇਰੇ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਆਤਮਾ, ਉਹ ਮੇਰੀ ਸੁਣ। ਬੜੀ ਜ਼ਰੂਰੀ ਹੈ ਗੱਲ ਸੁਣ ਕੇ ਸਮਝਣ ਵਾਲੀ। ਕੀ ਕਹਿਣਾ? ਕਹਿਣ ਲੱਗੇ ਜ਼ਿੰਦਗੀ ਵਪਾਰ ਹੈ, ਜੀਵਨ ਹੈ ਹੀ ਵਪਾਰ। ਸਵਾਸਾਂ ਦੀ, ਤਨ ਦੀ ਉਹ ਰਾਸ ਪੂੰਜੀ ਹੈ, ਤਨ ਆਤਮਾ ਦੀ ਜਿਹੜੀ ਬਜ਼ਾਰੋਂ ਨਹੀਂ ਮਿਲਦੀ, ਤੇਰੇ ਕੋਲ ਹੈ। ਤੂੰ ਸੰਸਾਰ ਅੰਦਰ ਕਿਸੇ ਥਾਂ ਤੇ ਉਹ ਇਨਵੈਸਟ ਕਰਨੀ, ਤੇ ਇਨਵੈਸਟ ਮਨੁੱਖ ਪੂੰਜੀ ਉੱਥੇ ਹੀ ਕਰਦਾ ਜਿੱਥੇ ਰਿਟਰਨ ਖੂਬਸੂਰਤ ਹੋਵੇ। ਤਿੰਨੋਂ ਚੀਜ਼ਾਂ ਤੂੰ ਕਿੱਥੇ ਸਮਰਪਣ ਕਰਨੀਆਂ? ਤੇ ਗੁਰੂ ਨੇ ਬਾਣੀ ਵਿੱਚ ਲਫ਼ਜ਼ ਵਰਤੇ, ਕਹਿਣ ਲੱਗੇ ਪਛਾਣ ਲੈ ਸੱਚੀ ਹੈ, ਝੂਠੀ ਹੈ, ਖਰੀ ਹੈ, ਖੋਟੀ ਹੈ, ਲੋ ਕੀ ਮਾਰਾ ਹੈ। ਪਹਿਲਾਂ ਬਸ ਜਾਣ ਕੇ ਤਾਂ ਕੀ ਚਾਹ ਪਾਪਾ। ਗੁਰੂ ਆਖਦੇ ਨੇ ਤੂੰ ਤਨ ਮਨ ਧਨ ਗੁਰੂ ਨੂੰ ਸੌਂਪ ਦੇ, ਤੇ ਮੈਂ ਵੇਖਾਂ ਗੁਰੂ ਕਿਹੜਾ ਅਰਜਨ ਦੇ ਅੱਗੇ ਸੌਂਪ ਰਹੇ। ਲੋ ਇੱਥੇ ਗੁਰੂ ਦੀ ਪਛਾਣ ਦਾ ਮਸਲਾ, ਕਿਹਨੂੰ ਸੌਂਪਣਾ। ਤੇ ਅਗਲੇ ਪਾਸੇ ਇਹਨਾਂ ਨੇ ਜਿਹੜੀ ਸ਼ਬਦਾਵਲੀ ਵਰਤੀ ਹੈ ਨਾ ਇਹਦੀ ਸੁਖਾਲਾ ਕਰਨ ਵਾਸਤੇ, ਉਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੰਪੈਰੇਟਿਵ ਸਟੱਡੀ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੁਕਾਬਲਤਨ ਹੋਰ ਚੀਜ਼ਾਂ ਵਿੱਚੋਂ ਪਛਾਣਨਾ ਹੈ। ਜੇ ਸਾਡਾ ਗੁਰੂ ਜੀ ਨੂੰ ਅਸੀਂ ਤਨਮਨ ਧਨ ਸਮਝਣਾ, ਕਮ ਸੇ ਕਮ ਵੇਖੀਏ ਉਹ ਕੌਣ ਹੈ, ਕਿਹੋ ਜਿਹਾ, ਉਹਦੇ ਵਿੱਚ ਕੀ ਹੈ। ਜਿੰਨੀ ਦੇਰ ਸੰਕੇਤ ਨੂੰ ਅਸੀਂ ਸਮਝਦੇ ਨਹੀਂ, ਓਨੀ ਦੇਰ ਅਸਲੀਅਤ ਤੱਕ ਨਹੀਂ ਪਹੁੰਚਦੇ। ਹੁਣ ਇੱਥੇ ਵੀ ਮੈਂ ਵਿੱਚੋਂ ਗੱਲ ਚੱਲੀ, ਵੈਸੇ ਮੈਂ ਇੱਥੇ ਰੁਕਣਾ ਚਾਹੁੰਦਾ
ਕਹਿਣ ਲੱਗੇ ਇੱਕ ਗੱਲ ਸਮਝ ਲਈ। ਸੰਕੇਤ ਇਹ ਕਹਿੰਦਾ ਹੈ ਕਿ ਜਨੀ ਤੱਕ ਸਿੰਘ ਰਹੇਗਾ, ਸ਼ੇਰ ਰਹੇਗਾ ਜੰਗਲ ਵਿੱਚ, ਜੰਗਲ ਵਿੱਚ ਉਡਾੜਾ ਹੀ ਰਹੇਗਾ। ਹੁਣ ਇੱਥੇ ਸੰਕੇਤ ਸ਼ੇਰ ਚਲਾ ਗਿਆ, ਸ਼ੇਰ ਨੂੰ ਅਸੀਂ ਬੜਾ ਮਹਾਨ ਸਮਝ ਰਹੇ, ਗਿੱਦੜ ਨੂੰ ਅਸੀਂ ਬੜਾ ਬੁਜ਼ਦਿਲ ਕਾ ਕਹਿੰਦੇ ਹਾਂ। ਗਿੱਦੜ ਦੀ ਕੋਈ ਵੈਲਿਊ ਨਹੀਂ ਹੁੰਦੀ ਸਾਡੇ ਜੀਵਨ ਵਿੱਚ, ਪਰ ਇੱਥੇ ਬਾਬਾ ਕਬੀਰ ਜੀ ਨੇ ਗਿੱਦੜ ਨੂੰ ਨਿਮਰਤਾ ਆਖਿਆ, ਗਿੱਦੜ ਨੂੰ ਨਿਮਰਤਾ ਆਖਿਆ ਤੇ ਕਹਿਣ ਲੱਗੇ ਨਿਮਰਤਾ ਜਿਹੜੀ ਹੈ ਉਹ ਅਭਿਮਾਨ ਰੂਪੀ ਸ਼ੇਰ ਨੂੰ ਖਾ ਜਾਂਦੀ ਹੈ। ਜਿੱਥੇ ਨਿਮਰਤਾ ਨਾ ਆਵੇ ਉੱਥੇ ਹੰਕਾਰ ਨਹੀਂ ਮਰਦਾ, ਹੰਕਾਰ ਮਰਦਾ ਹੀ ਤਾਂ ਹੈ ਜੇ ਨਿਮਰਤਾ ਆਉਂਦੀ। ਤੇ ਗਿੱਦੜ ਜਿਹੜਾ ਉਹਨੂੰ ਨਿਮਰਤਾ ਦਾ ਨਾਮ ਦੇ ਦਿੱਤਾ। ਹੁਣ ਦੇਖੋ ਸੰਕੇਤ ਹੈ, ਇਸ ਵੈਸੇ ਕਹਿ ਰਹੇ ਵੀ ਗਿੱਦੜ ਛੋਕੇ ਸਾਨੂੰ ਗਿੱਦੜ ਕਹਿੰਦੇ ਨੇ, ਗਿੱਦੜ ਬਣਨਾ ਸਿਖਾ ਰਹੇ ਨੇ ਬਿਲਕੁਲ ਨਹੀਂ। ਕੀ ਬਾਬਾ ਕਰੀ ਚਾਹੁੰਦੇ ਨੇ ਵੀ ਮਨੁੱਖ ਜਿਹੜਾ ਉਹ ਸ਼ੇਰ ਨਾ ਬਣੇ, ਗਿੱਦੜ ਬਣੇ? ਸੰਕੇਤ ਦੇ ਰਹੇ ਕਹਿੰਦੇ ਨੇ ਉਹ ਹੰਕਾਰੀ ਹੈ, ਉਹਨੇ ਹੋਰ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕੀਤਾ, ਇਸ ਲਈ ਜੰਗਲ ਸਾਰਾ ਵਿਅਰਥ ਹੋ ਕੇ ਉਜਾੜ ਬਣ ਕੇ ਰਹਿ ਗਿਆ। ਤੇ ਨਿਮਰਤਾ ਹੈ ਗਿੱਦੜ, ਜਦੋਂ ਉਹ ਨਿਮਰਤਾ ਹੰਕਾਰ ਨੂੰ ਖਾਂਦੀ ਹੈ, ਹੰਕਾਰ ਨਿਮਰਤਾ ਦੇ ਸਾਹਮਣੇ ਮਰਦਾ ਹੈ, ਖਤਮ ਹੁੰਦਾ ਹੈ, ਤਾਂ ਇਹੋ ਹੀ ਜੀਵਨ ਦਾ ਜੰਗਲ ਜਿਹੜਾ ਉਹ ਹਰ ਪਾਸੇ ਗੁਣ ਹੀ ਗੁਣ ਫੈਲ, ਜਿਹਦੇ ਕੋਲ ਨਿਮਰਤਾ ਨਹੀਂ ਉਹਦੇ ਕੋਲ, ਇਸੇ ਲਈ ਗੁਰੂ ਨੇ ਬਾਣੀ ਵਿੱਚ ਕਹਿ ਦਿੱਤਾ ਕਹਿਣ ਲੱਗੇ ਉੱਥੇ ਕਿਸੇ ਨਾਲ ਪਿਆਰ ਵੀ ਨਹੀਂ ਕੀਤਾ ਜਾਣਾ। ਜਿੱਥੇ ਹੰਕਾਰ ਨੂੰ ਆਜ਼ਾਦ ਪਾਤ ਦੇ ਸਾਡੇ ਝਗੜੇ, ਗੁਰਦੁਆਰਿਆਂ ਦੇ ਝਗੜੇ, ਨੀਚ ਊਚ ਦੇ ਝਗੜੇ, ਇਹ ਸਾਰੇ ਹੰਕਾਰ ਵਿੱਚੋਂ ਹੀ ਪੈਦਾ ਹੋਏ ਨੇ। ਅੱਜ ਸਾਡੇ ਗੁਰਦੁਆਰੇ ਵੱਖਰੇ ਹੋ ਰਹੇ ਨੇ, ਸਾਡੇ ਅਸਥਾਨ ਵੱਖਰੇ ਹੋ ਰਹੇ ਨੇ, ਈਵਨ ਸਾਡੇ ਗੁਰੂ ਸਰੂਪ ਵੱਖਰੇ ਹੋ ਰਹੇ ਨੇ। ਸਾਰਾ ਕੁਝ ਦੇ ਪਿੱਛੇ ਇੱਕ ਹੰਕਾਰ ਖੜਾ, ਕਿਉਂਕਿ ਹੰਕਾਰ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ। ਕੱਲ ਹੀ ਪੜ੍ਹ ਰਿਹਾ ਸਾਨੂੰ, ਹੈਰਾਨ ਹੋਇਆ ਕਿੰਨਾ ਟਕਰਾਓ ਵੱਧ ਰਿਹਾ ਦਿਨ ਦੇ ਦਿਨ। ਜਿਹਨਾਂ ਨੂੰ ਦਲਿਤ ਜਾਤਾਂ ਕਹਿੰਦੇ ਨੇ, ਜਿਹਨਾਂ ਨੂੰ ਨੀਵੀਆਂ ਜਾਤਾਂ ਆਖਦੇ ਨੇ, ਉਹਨਾਂ ਨੇ ਵੱਖਰੇ ਗੁਰਦੁਆਰੇ ਬਣਾ ਲਏ। ਹੁਣ ਰਮਦਾਸੀਆਂ ਦੇ ਗੁਰਦੁਆਰੇ ਬਹੁਤਾਤ ਵਿੱਚ ਵੱਖਰੇ ਨੇ ਉਹਨਾਂ ਨੇ। ਕੱਲ ਹੀ ਮੈਂ ਹੈਰਾਨ ਹੋਇਆ ਫੇਸਬੁੱਕ 'ਤੇ ਪੜ੍ਹ ਰਿਹਾ ਸਾਂ, ਜਿਹਦੇ ਵਿੱਚ ਉਹਨਾਂ ਨੇ ਨਾਰਾ ਵੀ ਕਰ ਦਿੱਤਾ, ਆਪਾਂ ਪੜ੍ਹਨੇ ਹਨ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਈ, ਉਹਨਾਂ ਉੱਥੇ ਲਿਖਿਆ ਹੋਇਆ ਰਾਜ ਕਰੇ ਰਮਦਾਸੀਆ ਕੀ ਰਹਿ ਨਾ ਕੋਈ। ਸ਼ੁਰੂ ਹੋ ਗਿਆ ਕੰਮ ਵੱਖ ਹੋਇਆ। ਇਹਨਾਂ ਆਖਿਆ ਵੀ ਸਾਡੀ ਦਸਤਾਰ ਜਿਹੜੀ ਹੈ ਇਹ ਨਿਸ਼ਾਨੀ ਹੈ, ਇਹਨਾਂ ਰਮਦਾਸ ਜੀ ਦੀ ਫੋਟੋ ਬਣਾਈ ਅਤੇ ਉੱਪਰ ਪੱਗ ਬਣਾ ਦਿੱਤੀ, ਕਿਉਂਕਿ ਉਹ ਉਸ ਟਾਈਮ ਦੇ ਮੁਤਾਬਕ ਕੇਸ ਪਿਛਾ ਸੁੱਕਦੇ ਹੋਣ, ਚਲੋ ਜੋ ਉਹਨਾਂ ਦੀ ਪ੍ਰਚਲਿਤ ਹੋ ਗਈ, ਇਹਨਾਂ ਦੇ ਉੱਤੇ ਪੱਗ ਬਣਾ ਦਿੱਤੀ, ਉਹ ਫੋਟੋ ਬਣਾ ਦਿੱਤੀ ਬਾਬਾ ਰਮਦਾਸ ਦੀ ਪੱਗ ਵਾਲੀ। ਉਹਨਾਂ ਨੂੰ ਇਸ ਗੱਲ ਦਾ ਗੁੱਸਾ ਚੜਿਆ ਵੀ ਸਾਡੇ ਗੁਰੂ ਦੇ ਇਹ ਸਰੂਪ ਵਿਗਾੜਦੇ ਨੇ। ਉਹਨਾਂ ਕੱਲ੍ਹ ਦੀ ਬਹੁਤੀ ਦੂਰ ਦੀ ਗੱਲ ਨਹੀਂ, ਕੱਲ੍ਹ ਦੀ ਤੁਸੀਂ ਇਸ ਨੂੰ ਪੜ੍ਹ, ਕਿਉਂ ਟਕਰਾ ਵੱਧ ਰਿਹਾ, ਹੰਕਾਰ ਵਿੱਚ ਵੱਧ ਰਿਹਾ। ਉਹਨਾਂ ਅੱਗੋਂ ਇਹ ਜਵਾਬ ਦਿੱਤਾ ਕਿ ਅਸੀਂ ਚੈਲੰਜ ਕਰਦੇ ਹਾਂ, ਜੇ ਮੁੜ ਕੇ ਬਾਬਾ ਰਮਦਾਸ ਜੀ ਦੀ ਫੋਟੋ ਕੋਈ ਪੱਗ ਵਾਲੀ ਇਹਨਾਂ ਬਣਾਈ, ਅਸੀਂ ਗੁਰੂ ਨਾਨਕ ਦੀ ਫੋਟੋ ਬੋਧੀ ਵਾਲੀ ਬਣਾਵਾਂਗੇ, ਫਿਰ ਕੀ ਹੋਏਗਾ? ਪੜ੍ਹ ਸਕਦੇ ਹੋ, ਪੁਰਾਣੀ ਗੱਲ ਨਹੀਂ ਕਰਦਾ, ਨਾਲ ਨਾਲ ਦੇਖਦਾ ਹੁੰਦੇ ਆ।
ਫਿਰ ਕੀ ਹੋਏਗਾ? ਝੰਡੇ ਬਦਲ ਗਏ, ਟਕਰਾਓ ਹੋਏਗਾ, ਖੜਨ ਜੰਗੀ ਸ਼ੁਰੂ ਹੋਏਗੀ। ਪਰ ਇਹ ਖਿਆਲ ਕਰਿਓ, ਇਹ ਸਾਰਾ ਕੁਝ ਜਨਮ ਲੈ ਰਿਹਾ ਇੱਕ ਹੰਕਾਰ ਦੀ, ਹੰਕਾਰ ਤੋਂ। ਔਰ ਬਾਬਾ ਕਬੀਰ ਜੀ ਨੇ ਇਸੇ ਲਈ ਸਿੰਘ ਲਫ਼ਜ਼ ਹੰਕਾਰ ਦਾ ਪ੍ਰਤੀਕ ਸੰਕੇਤ ਬਣਾ ਕੇ ਵਰਤਿਆ ਤੇ ਆਖਿਆ, ਜਬ ਲਗ ਸਿੰਘ ਰਹੇ ਬਨ ਮਾਈ, ਤਬ ਲਗ ਬਨ ਫੂਲੇ ਹੀ ਨਾ, ਜਬ ਹੀ ਸਿਆਲ ਸਿੰਘ ਕੋ ਖਾਏ। ਜਦੋਂ ਨਿਮਰਤਾ ਅੰਦਰ ਆਵੇਗੀ ਹੰਕਾਰ ਮਰੇਗਾ। ਗਲਤ ਸੰਕੇਤ ਇਹ ਹੈ, ਨਾ ਵਰਤਿਆ ਗਿਆ ਸ਼ੇਰ ਤੇ ਗਿੱਦੜ ਦਾ। ਸੰਕੇਤ ਇਹ ਕਹਿੰਦਾ ਹੈ ਕਿ ਜਦੋਂ ਨਿਮਰਤਾ ਅੰਦਰ ਆਵੇਗੀ ਤਾਂ ਹੰਕਾਰ ਮਰੇਗਾ। ਜਦੋਂ ਅੰਦਰੋਂ ਹੰਕਾਰ ਮਰ ਜਾਏਗਾ, ਨਿਮਰਤਾ ਆ ਜਾਏਗੀ। ਜਿੰਨੇ ਗੁਣ ਨੇ ਪਿਆਰ ਦੇ, ਪ੍ਰਪਨ ਦੇ, ਨਿਮਰਤਾ, ਉਹ ਸਾਰੇ ਗੁਣ ਅੰਦਰ ਆ ਜਾਣਗੇ। ਮਿੱਠ ਬੋਲਣਾ ਆਪਾਂ ਸਭ ਕੁਝ ਅੰਦਰ ਆ ਜਾਏਗਾ। ਕਹਿਣ ਲੱਗੇ, ਜਬ ਹੀ ਸਿਆਰ ਸਿੰਘ ਕੋ ਖਾਏ, ਹੰਕਾਰ ਨੂੰ ਜਦੋਂ ਮਾਰੇਗੀ ਨਿਮਰਤਾ, ਫੂਲ ਰਹੇਗੀ ਸਗਲੀ ਬਣ ਜਾਏਗੀ। ਇਹ ਜੀਵਨ ਦਾ ਜੰਗਲ ਖਿੜੇਗਾ, ਖੁੱਲੇਗਾ, ਇਹਦੇ ਵਿੱਚ ਚਹਿਲ ਪਹਿਲ ਹੋਵੇਗੀ। ਹੁਣ ਦੇਖੋ, ਸੰਕੇਤ ਦੇ ਕੇ ਬਾਬਾ ਕਬੀਰ ਜੀ ਲਫ਼ਜ਼ਾਂ ਦਾ ਸਮਝਾ ਰਹੇ ਨੇ। ਅਗਲੇ ਪਾਸੇ ਇੱਕ ਹੋਰ ਐਗਜ਼ਾਮਪਲ ਦਿੱਤੀ, ਕਹਿਣ ਲੱਗੇ, ਜੀਤੋ ਬੂਢਾ ਹੈ। ਲਫ਼ਜ਼ ਜੀਤੋ ਹੈ, ਜੀਤੋ ਦਾ ਅਰਥ ਹੈ ਜਿੱਤਿਆ ਹੋਇਆ, ਜਿਹਨੂੰ ਇਹ ਹੰਕਾਰ ਹੋਵੇ ਕਿ ਮੈਂ ਜਿੱਤਿਆ ਹੋਇਆ। ਪਰ ਇਹਨੂੰ ਜੇਕਰ ਇਹ ਵੱਖਰਾ ਵੱਖਰਾ ਕਰ ਦਿਓ ਤਾਂ ਕੀ ਬਣੇਗਾ? ਜੀਤੋ ਬੂਢਾ ਹੈ। ਜਿੰਨੀ ਦੇਰ ਮਨੁੱਖ ਜਿਉਂਦਾ ਹੈ ਨਾ, ਓਨੀ ਦੇਰ ਹੀ ਡੁੱਬਦਾ ਹੈ ਤੇ ਹੱਥ ਪੈਰ ਮਾਰਦਾ, ਮੈਂ ਤਰਲਾ ਦੇਵਾਂ, ਡੁੱਬਦਾ ਹੈ। ਪਰ ਕਦੀ ਆਮ ਜ਼ਿੰਦਗੀ 'ਚ ਵੇਖਿਓ, ਜਿਸ ਵੇਲੇ ਡੁੱਬ ਜਾਏ ਤੇ ਮਰ ਜਾਏ, ਉਸ ਵੇਲੇ ਲਾਸ਼ ਉੱਪਰ ਤਰ ਪੈਂਦੀ, ਫਿਰ ਨਹੀਂ, ਫਿਰ ਉਹ ਹੱਥ ਮਾਰਨ ਦੀ ਲੋੜ ਨਹੀਂ ਪੈਂਦੀ। ਕੁਦਰਤ ਦੇ ਅਸੂਲ, ਲਾਸ਼ ਕਦੀ ਪਾਣੀ ਦੇ ਥੱਲੇ ਨਹੀਂ, ਆਪਣੇ ਆਪ ਉੱਪਰ ਸਾਰਦੀ, ਫਿਰ ਉਹਨੂੰ ਹੱਥ ਮਾਰ ਕੇ ਉੱਤੇ ਤਰਨ ਦੀ ਲੋੜ ਨਹੀਂ ਪੈਂਦੀ। ਕਹਿਣ ਲੱਗੇ, ਜਿੰਨੀ ਦੇਰ ਤੇ ਉਹ ਆਪਣੀ ਹਉਮੈ ਵਿੱਚ ਜਿਉਣਾ ਤੇ ਜਿਸ ਦਿਨ ਤੂੰ ਆਪਾਂ ਮਾਰ ਲੈਣਾ, ਦੋਵਾਂ ਦਾ ਫਰਕ ਇਹ ਹੈ। ਦਾਸ ਕਬੀਰ ਕਹੇ ਸਮਝਾਏ, ਦਾਸ ਕਬੀਰ ਸਮਝਾਉਂਦਾ ਕਿ ਮੇਰੀ ਛੱਡ ਸਿੰਘ ਵਾਲੀ, ਮੈਂ ਹੰਕਾਰ ਛੱਡ ਆਪਾ ਮਿਟਾ ਤੇ ਵੇਖ ਫਿਰ ਇੱਕ ਪ੍ਰਭੂ ਨਾਲ ਕਿਵੇਂ ਤੇਰਾ ਮਿਲਾਪ ਹੁੰਦਾ। ਕਹਿਣ ਲੱਗੇ, ਦਾਸ ਕਬੀਰ Thank you.
ਦੂਜੀ ਜਿਹੜੀ ਜਾਲ ਚਾਲ ਹਾਲੇ ਜ਼ਿਆਦਾ ਪਸਾਰਿਆ ਜਾ ਰਿਹਾ ਉਹਨੂੰ ਕੰਪੈਰੇਟਿਵਲੀ ਸਮਝ ਕੇ ਫੈਸਲਾ ਕਰਨਾ ਕਿ ਸਾਡਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਅਸਲੀਅਤ ਵਿੱਚ ਹੈ ਕੀ, ਜਿਹਦੇ ਅੱਗੇ ਅਸੀਂ ਜੀਵਨ ਸਮਰਪਣ ਕਰਨਾ ਹੈ। ਇਹੋ ਲਫ਼ਜ਼ ਵਰਤੇ ਨੇ। ਕਹਿਣ ਲੱਗੇ ਮੈਂ ਚਾਹੁੰਦਾ, ਸਤਿਗੁਰੂ ਨੇ ਜਿਵੇਂ ਬਾਣੀ ਵਿੱਚ ਆਖਿਆ ਕਿ ਹਰਨਾਖੀਏ ਗੁੰਡਾ ਰਹਿਣ ਅਪਾਰ ਪਹਿਲਾਂ ਵਸਤ ਸਿਆਣੇ ਕੇ ਪਛਾਣ ਕਹਿੰਦੇ ਅੱਗੇ ਜੀਵਨ ਸਮਰਪਣ ਕਰਨਾ, ਤਾਂ ਕਿ ਚੈ ਵਪਾਰ ਇਹਨਾਂ ਸ਼ਬਦਾਂ ਦਾ ਕਿਮਾ ਦਾ ਜਾ ਚੁੱਕਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।